तो फिर कारोबार शुरू किस तरह किया कि ये प्रॉफिट ज़्यादा है या की नज़र की आया नशा आप ही कर दी है? मैं नहीं करती। अच्छा तो तू नौजवान नसल स्टूडेंट्स वो बेचते ने नशा तो अपने भी तेरे बच्चे एडे ही ने तो तेन इस कारोबार के वास्ते शर्म नहीं आती कि नौजवान बच्चे बच्चिया मैं खुद सोचनी हाँ मजीद मैं अपने बच्चों तो दूर रखनी हाँ लिया मैं मेरे घर के हालात इन्ने खराब हो गए पौना 12 लाख का नुकसान आया उनकी वेत करके कहदा नुकसान होया मैं जगह लैनी सी शेखपुरे तो पौने 12 लाख रुपया मेरा उधर डुब गया था। वो बंदे किस तरह डुब गया? मैं लैनी सी जगह तो उस बंदे ने मेरे को ना स्टाम्प 2 नंबर करवा के पैसे ले लेने किन्ने 12 लाख। अच्छा तेरे नाल फ्रॉड होया किसी ने जमीन के चक्कर दे विच 12.5 लाख रुपया ले लिया? पौने 12 लाख जी। अच्छा फिर पुलिस दे विच रिपोर्ट करनी सी? मैं करवाई है मेरे किसी पास नहीं कुछ सुनाई। अच्छा पुलिस ने नहीं सुनी? इंसाफ होया नहीं मेरे नाल। इंसाफ नहीं होया ठीक है फिर इंसाफ लैन वास्ते तू क्या हुन मैं मेरा हाथ इतना तंग हो गया इसमें हजे तक खुद परेशान आ गई कि मैं किस तरह करके खावन नु फोत होए कितना चिर हो गया? उन्हें मैं तलाक दे दी तकरीबन 17-18 साल हो चले ने। क्यों दे दी? उनकी पसंद और कोई हैगी सी उन्हें उधर शादी करवा ली है। अच्छा फिर तू दूसरी शादी कर ली? नहीं। अच्छा उन्हें दूसरी शादी कर ली? अच्छा वो अपना रिलेटिव सी रिश्तेदार सी जी। अच्छा ते बच्चे तेरे कोल ने? बच्चे मेरे कोल पढ़दे ने? नहीं बेटे ने 5 कीतियां ने बेटी नहीं पढ़ती। वो की काम करदा है? वो दर्जियां दा करदा है। दर्जियां दा करदा हैगा सी बाकी ने कटवाद काम ते ना ध्यान नहीं देंदा पेगा काम ते ध्यान नहीं देंदा। ते बेटी की करदी है? बेटी कुछ भी नहीं करदी घर सिलाई कपड़े वादे काटे करदी है बाकी। अच्छा ते घर जिथे रहया छो अपना है? नहीं किराए ते किराए ते ते आइडिया किन्ने दिता कि मनशात फरोख्त किसे कोलो ते पुछया होना ना तू कि केड़ा कारोबार करांगे पैसे सन लेडी से हैगी सी या किस तरह वाकफ सी तेरी? एक मुंडे दे थ्रू मेरे सलाम दुआई हैगी है। केड़े मुंडे दे थ्रू? ओ ऐसा बंदा उधर कोल टाल लिएगा हैं कोल टाल लेगा उस बंदा ओ मुंडे दा रिश्तेदारी तेरी? नहीं। हां फिर वैसे बुड्ढी दे थ्रू सलाम दुआई सी? अच्छा किस तरह दी सलाम दुआ सी? ਉਹਨਾਂ ਦਾ ਤਲਕ ਯਾਰੀ ਦੋਸਤੀ ਵਾਲਾ ਹੈਗਾ ਸੀ। ਉਹਨਾਂ ਦਾ ਯਾਰੀ ਦੋਸਤੀ ਵਾਲਾ ਤਲਕ ਸੀ ਤੇ ਤੇਰੇ ਨਾਲ ਕਿਸ ਤਰ੍ਹਾਂ ਦਾ ਤਲਕ ਸੀ? ਮੇਰੇ ਘਰ ਲੇਡੀ ਸਾਈ ਸੀ ਉਹਨੇ ਮੇਰੇ ਨਾਲ ਇਸ ਤਰ੍ਹਾਂ ਗੱਲ ਕੀਤੀ ਸੀ। ਉਹ ਜਦੋਂ ਉਹਨਾਂ ਦੀ ਮੁਲਾਕਾਤ ਹੁੰਦੀ ਸੀ ਤੇਰੇ ਘਰ ਹੁੰਦੀ ਸੀ? ਇੱਕ ਦਫਾ ਹੋਈ ਸੀ ਪਹਿਲੀ ਦਫਾ ਜਦੋਂ ਹੋਈ ਹੈ ਨਾ ਉਦੋਂ ਨਹੀਂ ਇੱਕ ਦੂਸਰੀ ਦਫਾ ਹੋਈ ਸੀ ਉਦੋਂ ਪਤਾ ਮੈਨੂੰ ਦੱਸਿਆ ਹੈਗਾ ਨਾ। ਅੱਛਾ ਉਹਨੇ ਕਿਹਾ ਕਿ ਦੋਸਤ ਹੈ ਮੇਰਾ ਜੀ ਤੇ ਫਿਰ ਉਹ ਤੇਰੇ ਘਰ ਆ ਕੇ ਮੁਲਾਕਾਤਾਂ ਕਰਦੇ ਸਨ? 2 ਦਫਾ ਆਏ ਸਨ ਉਸ ਤੋਂ ਬਾਅਦ ਮੈਂ ਚਲੋ 2 ਦਫਾ ਆਏ ਜਾਂ 4 ਦਫਾ ਆਏ ਤੇਰੇ ਘਰ ਆ ਕੇ ਮਿਲਦੇ ਸਨ। ਠੀਕ ਹੈ ਫਿਰ ਉਹਨੇ ਤੈਨੂੰ ਕਾਰੋਬਾਰ ਦੱਸਿਆ ਕਿ ਇਹਲਾ ਕਾਰੋਬਾਰ ਕਰ ਲੈ ਉਹ ਵੀ ਮਨਸ਼ਿਆਤ ਵੇਚਦੀ ਸੀ? ਪਤਾ ਨਹੀਂ ਪੀਂਦੀ ਹੈਗੀ ਸੀ ਬਾਕੀ ਵੇਚਣ ਦਾ ਮਿਲ ਨਹੀਂ ਸੀ ਪਤਾ। ਅੱਛਾ ਕਿਸੇ ਨੂੰ ਮਨਸ਼ਿਆਤ ਪੀਂਦਿਆਂ ਵੇਖਿਆ ਕਿ ਕਿਸ ਤਰ੍ਹਾਂ ਇਹਦਾ ਇਸਤੇਮਾਲ ਹੁੰਦਾ ਅੱਜ ਦਾ? ਮੇਰੇ ਘਰ ਦਾ ਇੱਕ ਉਹਨਾਂ ਪੀਤੀ ਹੈਗੀ। ਕਿਸ ਤਰ੍ਹਾਂ ਪੀਂਦੇ ਸਨ? ਸ਼ੀਸ਼ਾ ਲਾ ਕੇ ਬੋਤਲ ਬਣਾ ਕੇ। ਖੁਦ ਵੀ ਕਦੀ ਪੀਤੀ ਹੈ? ਨਹੀਂ ਮੈਂ ਨਹੀਂ ਪੀਤੀ। ਕਦੀ ਕਦੀ ਚਾਂਸ ਹੋਇਆ ਹੋਵੇ? ਨਹੀਂ ਮੈਨੂੰ ਆਂਦੇ ਰਹੇ ਸਮੇਂ ਨਹੀਂ ਪੀਤੀ ਹੈ। ਮੈਨੂੰ ਕਹਿੰਦੇ ਰਹੇ ਸਮੇਂ ਨਹੀਂ ਪੀਤੀ ਹੈਗੀ। ਅੱਛਾ ਤੂੰ ਨਹੀਂ ਪੀਤੀ ਤੂੰ ਕਿਹਾ ਪੀਣ ਦੀ ਬਜਾਏ ਲੋਕਾਂ ਨੂੰ ਪਿਆਈਏ ਲੋਕਾਂ ਦੇ ਬੱਚਿਆਂ ਨੂੰ ਪਿਆਈਏ ਇਸ ਤਰ੍ਹਾਂ ਹੀ? ਪਹਿਲਾਂ ਨਾ 2-3 ਦਫਾ ਕੀਤੀ ਸੀ ਮੁੜ ਕੇ ਮੇਰੇ ਹਾਲਾਤ ਇੰਨੇ ਖਰਾਬ ਮੈਂ ਕਿਹਾ ਜੀ ਤਾਂ ਠੀਕ ਹੋ ਕੇ ਹੋ ਗਿਆ। ਅੱਛਾ ਤੇ ਕਿੰਨੇ ਪੈਸੇ ਕਮਾ ਲਿਆ ਤੇ ਤੂੰ? ਦੇਖਿਆ ਜੇ ਕਮਾਉਣ ਦੇ ਬਜਾਏ ਮੇਰਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ। ਕਿਸ ਤਰ੍ਹਾਂ ਨੁਕਸਾਨ ਕਿਸ ਤਰ੍ਹਾਂ ਹੋ ਗਿਆ? ਕਾਰੋਬਾਰ 'ਚ ਘਾਟਾ ਪੈ ਗਿਆ? ਤੇਰੀ ਗੱਲ ਜਿਹੜਾ ਪਠਾਨ ਵਾਲੇ ਪੈਸੇ ਕਲਾਏ ਨੇ ਉਹ ਵੀ ਮਾਰੇ ਗਏ। ਕਿੰਨੇ ਪੈਸੇ ਕਲਾਏ ਸਨ? ਮੈਂ ਪਹਿਲਾਂ 35,000 ਰੁਪਇਆ ਕਲਾ ਚੁੱਕੀ ਸੀ 15,000 ਰੁਪਇਆ ਹੁਣ ਕਲਾ ਚੁੱਕੀ ਹਾਂ। 35 ਤੇ 15 ਕਿੰਨਾ ਹੋ ਗਿਆ? 50,000 ਰੁਪਇਆ। 50,000 ਦਾ ਸਮਾਨ ਮੰਗਵਾਇਆ ਸੀ? ਮੈਂ ਪਹਿਲਾਂ 1,00,000 ਦਾ ਮੰਗਾਇਆ ਸੀ ਨਾ। ਅੱਛਾ ਉਹ ਵੇਚ ਦਿੱਤਾ ਸੀ? ਉਹ ਵੇਖਿਆ ਜਾਵੇ ਨਾ ਤੇ ਮੇਰਾ 1,00,000 ਪੂਰਾ ਵੀ ਨਹੀਂ ਹੋਇਆ ਕਿਉਂਕਿ ਵਿੱਚ ਕੁਝ ਉਧਾਰ ਦਿੱਤਾ ਸੀ ਉਸ ਬੰਦੇ ਮੈਨੂੰ ਪੈਸੇ ਅਜੇ ਤੱਕ ਨਹੀਂ ਦਿੱਤੇ ਮੇਰਾ ਮੁੜ ਕੇ ਫੋਨ ਵੀ ਨਹੀਂ ਚੁੱਕਦਾ ਪਿਆ। ਅੱਛਾ ਠੀਕ ਹੈ ਕਿਹਨੂੰ ਉਧਾਰ ਦਿੱਤਾ ਸੀ? ਜਿਹੜਾ ਮਰੀਦਗਿਆ ਦਾ ਬੰਦਾ ਹੈਗਾ। ਅੱਛਾ ਉਹਨੂੰ ਉਧਾਰ ਇਹਦੇ 'ਚ ਉਧਾਰ ਵੀ ਚੱਲਦਾ ਹੈ? ਹਾਂਜੀ ਮੈਂ ਉਧਾਰ ਤੇ ਬੈਠੀ ਸੀ ਤਾਂ ਮਰੀਦ ਉਹਨੇ ਵੀ ਅਜੇ ਤੱਕ ਪੈਸੇ ਮੈਨੂੰ ਨਹੀਂ ਦਿੱਤੇ। ਅੱਛਾ ਤੇ ਫਿਰ ਹੁਣ ਗ੍ਰਿਫਤਾਰੀ ਕਿਸ ਤਰ੍ਹਾਂ ਹੋਈ? ਇਹ ਕੱਲ੍ਹ ਮੈਂ ਪਠਾਨਕੋਟ ਇੱਥੋਂ ਲੈਣ ਲੱਗੀ ਸਾਂ। ਕਿਹੜੀ ਜਗ੍ਹਾ ਤੇ? ਡਿਲੀਵਰੀ ਆਈ ਸੀ। ਹਾਂਜੀ ਤੇ ਇੱਥੋਂ ਆ ਕੇ ਸਮਾਨ ਲੈਣਾ ਸੀ ਜੀ। ਅੱਛਾ ਫਿਰ ਕੀ ਹੋਇਆ? ਮਜ਼ੀਦ ਤਾਂ ਫੜੀ ਗਈ ਸਾਂ। ਫੜੀ ਗਈ ਤਾਂ ਪੁਲਿਸ ਨੇ ਗਲਤ ਤੇ ਨਹੀਂ ਫੜ ਲਿਆ? ਕੋਈ ਜ਼ਿਆਦਤੀ ਕੀਤੀ ਹੋਵੇ ਤੂੰ ਕਾਰੋਬਾਰ ਨਾ ਕਰਨੀ ਹੋਵੇ ਤੂੰ ਬਹੁਤ ਸ਼ਰੀਫ ਖਾਤੂਨ ਹੋਵੇ ਐਸੇ ਤੈਨੂੰ ਝੂਠੇ ਕੇਸ 'ਚ ਫਸਾ ਰਹੀ ਹੋਵੇ ਪੁਲਿਸ? ਨਹੀਂ ਐਸਾ ਨਹੀਂ ਹੈ ਨਾ। ਨਹੀਂ ਸਹੀ ਫੜਿਆ? ਹਾਂਜੀ ਮਨਸ਼ਿਆਤ ਵੇਚਣੀ ਸਾਂ ਜੀ। ਠੀਕ ਹੈ।